ਤੱਕ ਜਾਂਦੀ ਹੈ ਉਧਰਲੇ ਬੰਨੇ ਵੀਰ ਇੱਕ ਬੰਨੇ ਮੈਂ ਦੇਖਦਾ ਵੀ ਖੇਡ ਮੈਦਾਨ ਵਿੱਚ ਜਿਹੜੀ ਕਬੱਡੀ ਹੈ ਤੁਰਿਆ ਆਬਰੂ ਜਨੇਤਪੁਰੀ ਨੂੰ ਹੱਥ ਲਾ ਭੱਜਿਆ ਆਲਟੋ ਕਾਰ ਜਿੰਦੀ ਹੈ ਬਣਾਵੇ ਕਬੱਡੀ ਕਰ ਚੁੱਕੇ ਆ ਬਾਈ ਜੀ ਉਧਰਲੇ ਬੰਨੇ ਸਾਡੇ ਬਾਹਰ ਦੀ ਸਤਿਕਾਰ ਜੋ ਸਾਡੇ ਅੱਜ ਦੇ ਚੀਫ ਗੈਸਟ ਨੇ ਵਿਕਰਮ ਸਿੰਘ ਜੀ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਵਿਸ਼ੇ ਦਰ ਦੇ ਸਾਡੇ ਦਰਮਿਆਨ ਪੁੱਜ ਚੁੱਕੇ ਨੇ ਸਾਡੇ ਸਰਦਾਰ ਨਿਰਮਲ ਸਿੰਘ ਜੀ ਕਾਲੋ ਉਹ ਵੀ ਵਿਸ਼ੇ ਦਰ ਦੇ ਨਾਲ ਪੁੱਜੇ ਹੋਏ ਨੇ ਸਾਡੇ ਵੀਰ ਔਰ ਨਖਾਹ ਜਿਹੜੀਆਂ ਲੱਗੀਆਂ ਹੋਈਆਂ ਇਸ ਰਸਤੇ ਦੇ ਉੱਪਰ ਇੰਤਜ਼ਾਰ ਦੀਆਂ ਜਿਹੜੀਆਂ ਘੜੀਆਂ ਉਹ ਬਿਲਕੁਲ ਜਿਹੜੀਆਂ ਖਤਮ ਹੋ ਚੁੱਕੀਆਂ ਜੀ ਆਇਆਂ ਆਖਿਆ ਜਾ ਰਿਹਾ ਸਵਾਗਤ ਕੀਤਾ ਜਾ ਰਿਹਾ ਅੱਜ ਕੌਣ ਪਰਾਉਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੂਹੇ ਅੱਜ ਬਾਕੀ ਪਾਉਣਾ ਮਹਿੰਗੀਆਂ ਅਮਰਾਂ ਦੇ ਬੂਹੇ ਅੱਜ ਕੌਣ ਪਰਾਉਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੂਹੇ ਬਾਈ 57 ਕਿਲੋ ਫਸਟ ਤੇ ਸੈਕਿੰਡ ਦੋਨੇ ਟੀਮਾਂ ਆ ਜਾਣ ਸਟੇਜ ਦੇ ਨੇੜੇ ਇਸ ਵੇਲੇ ਖੇਡ ਮੈਦਾਨਾਂ ਵਿੱਚ ਗੱਭਰੂ ਦੇ ਵੱਧ ਕੇ ਬੋਲੇ ਹੈ ਧਾਵਾ ਕਿ ਧਾਵੀ ਕਹਿੰਦੇ ਉੱਡੂ ਉੱਡੂ ਪਾਊਗਾ ਕਬੱਡੀਆਂ ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਬੱਡੀਆਂ ਅੱਜ ਕੱਲ੍ਹ ਇਹ ਬੜੀਆਂ ਤਾਕਤਾਂ ਕਰਕੇ ਸਵਾਗਤ ਕੀਤਾ ਜਾ ਰਿਹਾ ਸਾਡੇ ਐਨ ਆਰ ਆਈ ਵੀਰਾਂ ਦੇ ਵੱਲੋਂ ਸਮੁੱਚੇ ਸਪੋਰਟਸ ਕਲੱਬ ਦੇ ਵੱਲੋਂ ਔਰ ਸਮੁੱਚੇ ਸਤਿਕਾਰਯੋਗ ਵੀਰਾਂ ਦੇ ਵੱਲੋਂ ਵੱਡੇ ਮਾਣ ਔਰ ਸਾਡੇ ਵਿਚਕਾਰ ਵਿਸ਼ੇ ਤੌਰ ਤੇ ਅੱਜ ਦੇ ਮੁੱਖ ਮਹਿਮਾਨ ਅੱਜ ਦੇ ਚੀਫ ਗੈਸਟ ਨੇ ਤੇ ਨਾਲ ਵੀ ਅੱਛਾ ਜੀ ਔਰ ਸਰਦਾਰ ਨਿਰਮਲ ਸਿੰਘ ਜੀ ਕਾਲੋ ਸਾਹਿਬ ਉਹ ਸਾਡੇ ਵਿਚਕਾਰ ਪੁੱਜੇ ਨੇ ਕਿਉਂਕਿ ਦਰਸ਼ਕਾਂ ਦੀ ਭੀੜ ਤੇ ਸਵਾਗਤ ਕਰਨ ਵਾਲੀ ਦੀ ਭੀੜ ਬਹੁਤ ਜ਼ਿਆਦਾ ਹੈ ਮਜੀਠੀਆ ਸਾਹਿਬ ਸਾਡੇ ਦਰਮਿਆਨ ਕੁਝ ਪਲਾਂ ਵਿੱਚ ਪੁੱਜਣਗੇ ਔਰ ਸਪੀਕਰ ਨੇ ਸਾਡੇ ਸਤਿਕਾਰਯੋਗ ਸਰਦਾਰ ਨਿਰਮਲ ਸਿੰਘ ਜੀ ਕਾਲੋ ਸਾਹਿਬ ਉਹ ਵਿਸ਼ੇ ਤੌਰ ਤੇ ਤਰਸ਼ੀਪ ਲਿਆਏ ਨੇ ਵੱਡੀਆਂ ਹਾਜ਼ਰੀਆਂ ਹੁਣ ਉਹਨਾਂ ਦੀਆਂ ਸਟੇਜ ਦੇ ਉੱਪਰ ਅਸੀਂ ਸਵਾਗਤ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਰਦਾਰ ਨਿਰਮਲ ਸਿੰਘ ਜੀ ਕਾਲੋ ਸਾਹਿਬ ਸਰਦਾਰ ਸੋਹਣ ਸਿੰਘ ਦਾ ਪੁੱਤ ਹੈ ਬਗੀਚਾ ਕਹਿੰਦੇ ਛੇਆਂ ਭੈਣਾਂ ਦਾ ਵੀਰ ਸੀ ਗੱਲਾਂ ਵੱਗ ਮੱਝਾਂ ਦਾ ਚਾਰ ਦਾ ਚੁੰਗ ਬੋਰੀਆਂ ਖਾ ਖੁਰਾਕਾਂ ਸਰੀਰ ਬਣਾਇਆ ਯਾਰ ਦਾ ਕਿ ਮਠਾਸ ਇੰਜ ਬੋਲਦਾ ਜੋ ਮਠਾਸ ਦੇ ਵਿੱਚ ਪਤੀਸਾ ਔਰ ਦੁਨੀਆਂ ਦਾ ਸਟਾਰ ਹੋ ਗਿਆ ਸਰਦਾਰ ਸੋਹਣ ਸਿੰਘ ਦਾ ਪੁੱਤ ਬਗੀਚਾ ਔਰ ਮੈਂ ਦੇਖਦਾ ਵੀ ਕਬੱਡੀ ਇੰਦਗੜੀਏ ਨੇ ਪਾਈ ਹੈ ਵਾਹਿਗੁਰੂ ਦੀ ਬਖਸ਼ੀ ਹੋਈ ਸਿੱਖੀ ਹੈ ਕਦੇ ਤਵੀਆਂ ਤੇ ਕਦੇ ਛਵੀਆਂ ਤੇ ਕਦੇ ਤਲ ਮਾਰਨ ਦੀਆਂ ਲੋਕਾਂ ਤੇ ਕੀ ਲਫ਼ਜ਼ਾਂ ਵਿੱਚ ਬਿਆਨ ਕਰਾਂ ਕਿ ਗੁਜਰੀ ਆਸ਼ਕ ਲੋਕਾਂ ਤੇ ਬਹੁਤ ਹੀ ਤਕੜਾ ਪੁਆਇੰਟ ਇੰਦਗੜੀ ਖੇਡ ਮੈਦਾਨਾਂ ਵਿੱਚ ਸੋਨਾ ਨਵਾਂ ਗੱਭਰੂ ਦਾ ਇਸ ਵੇਲੇ ਕਹਿੰਦੇ ਧੰਨਾ ਸ਼ਹੀਦ ਦੀ ਧਰਤੀ ਦਾ ਵੱਧ ਬੋਲਦਾ ਹੈ ਧਾਵਾ ਖੇਡ ਮੈਦਾਨਾਂ ਵਿੱਚ ਚਾਰਾ ਬੂਰਾ ਦੀ ਘੁੰਮਦੀ ਹੋਈ ਕੈਨ ਵਿੱਚੋਂ ਕਿਹੜਾ ਗੱਭਰੂ ਵੱਧ ਜਸਾ ਲਾ ਲੇਗਾ ਖੇਡ ਮੈਦਾਨਾਂ ਵਿੱਚ ਇਸ ਵੇਲੇ ਕਹਿ ਲਈਏ ਰੂਪਾ ਨਾਇਕ ਗੱਭਰੂ ਦਾ ਖੇਡ ਮੈਦਾਨਾਂ ਵਿੱਚ ਪੂਰੀ ਕੋਸ਼ਿਸ਼ ਤਗੜੀ ਜਿਹੜੀ ਕੋਸ਼ਿਸ਼ ਹੈ ਨਹੀਂ ਰੀਸਾ ਤਾੜੀਆਂ ਮਾਰੋ ਦਰਸ਼ਕ ਵੀਰੋ ਇੱਕ ਬੰਨੇ ਕਾਂਡ ਗੱਭਰੂ ਹੈ ਥੋੜੀ ਸੱਟ ਲੱਗੀ ਹੈ ਜਨੇਤਪੁਰੀ ਆ ਪਿਆਰ ਨਾ ਗੱਭਰੂਆ ਪਿਆਰ ਨਾ ਮੇਰੀ ਬੇਨਤੀ ਹੈ ਬਹੁਤ ਸਤਿਕਾਰ ਇਧਰਲੇ ਬੱਬਰੀਏ ਨੇ ਬਹੁਤ ਤਗੜੀ ਕੋਸ਼ਿਸ਼ ਕੀਤੀ ਹੈ ਚੱਲ ਵੀ ਨਾਇਓ ਨਾ ਅਗਲੀ ਕਬੱਡੀ ਗਵਾਂਢੀ ਪਿੰਡ ਦਾ ਗੱਭਰੂ ਹੈ ਨਿਰਭੈ ਖੋਸੇ ਕੋਟਲੇ ਵਾਲਾ ਕਬੱਡੀ ਪਾਉਂਦਾ ਹੋਇਆ ਕਬੱਡੀ ਦਾ ਮਹਾਨ ਜਾਫੀ ਮੀਪਾ ਮਨਾਵੇ ਵਾਲਾ ਵਿਸ਼ੇ ਤਰ ਦੇ ਜ਼ਿੰਦਗੀ ਦੇ ਮਿੱਤਰਾਂ ਨਾਲ ਪੁੱਜਿਆ ਹੋਇਆ ਚੱਲ ਵੀ ਨਾਇਓ ਨਾ ਉਧਰਲੇ ਬੰਨੇ ਕਾਣ ਹੈ ਬਲਕਰਨ ਹੈ ਸ਼ੁਸ਼ਕ ਦੀ ਧਰਤੀ ਦਾ ਉਧਰਲੇ ਬੰਨੇ ਗੋਪੀ ਸਾਡੇ ਸਾਧੂ ਸਾਹਿਬ ਵੀ ਪੁੱਜੇ ਹੋਏ ਨੇ ਸ੍ਰੀ ਹੇਮਕੁੰਟ ਨੇ ਮਨਾਵੇ ਦੇ ਸੁੱਖੇ ਨੂੰ ਬੁੱਲਟ ਦਿੱਤਾ ਔਰ ਵੀਰ ਵਿਸ਼ੇ ਤਰ ਤੇ ਪੁੱਜੇ ਨੇ ਸਾਡਾ ਵੀਰ ਜ਼ਿੰਦਗੀ ਦਾ ਪਰਮਿੱਤਰ ਗੁਰਪ੍ਰੀਤ ਜੀ ਗੋਪੀ ਆ ਵੀ ਨਾਇਓ ਨਾ ਅਗਲੀ ਕਬੱਡੀ ਖੇਡ ਮੈਦਾਨਾਂ ਵਿੱਚ ਸ਼ੁਸ਼ਕ ਦੀ ਧਰਤੀ ਦਾ ਕਹਿੰਦੇ ਕੋਈ ਇਸ ਵੇਲੇ ਬਦ ਧਾਵਾ ਬੋਲਦਾ ਹੈ ਕਿ ਧਾਵੀ ਕਹਿੰਦਾ ਇਸ ਵੇਲੇ ਮੱਖੀ ਨੀ ਬਹਿਣ ਦੇਣੀ ਕਿ ਜਾਸੀ ਕਹਿੰਦੇ ਦਿਖਾਣਾ ਕਿ ਡੱਕ ਲੋਕੋ ਪੂਰੀ ਕੋਸ਼ਿਸ਼ ਕਰਦਾ ਹੈ ਇਸ ਵੇਲੇ ਬਗੀਚਾ ਕਹਿ ਲਈਏ ਪਲੇ ਮੈਚ ਦੀਆਂ ਜਿਹੜੀਆਂ ਟੀਮਾਂ ਥੱਲੇ ਬੈਠ ਜਾਣ ਬਹੁਤ ਮਿਹਰਬਾਨੀ ਹੈ ਦਾਲੇ ਵਾਲੇ ਦੇ ਪੜਾਣੇ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਦਾਲੇ ਵਾਲੀ ਆ ਗੁਰਸਾਹਿਬ ਸਿੰਘ ਹੁਣ ਪਤਾ ਲੱਗਣਾ ਵੀ ਕੀ ਮਨ ਝੜਦੀ ਹੈ ਬਹੁਤ ਹੀ ਤਕੜਾ ਮੈਚ ਹੋਵੇਗਾ ਲਾ ਉਧਰਲੇ ਬੰਨੇ ਵਾਹਿਗੁਰੂ ਦੀ ਬਖਸ਼ੀ ਹੋਈ ਸਿੱਖੀ ਨਾਜਵਨ ਗੱਭਰੂ ਨਿੰਦਰਿੰਦਗੜ੍ਹ ਦੀ ਧਰਤੀ ਦਾ ਪਾ ਕਬੱਡੀ ਧਰਮੇ ਦਾ ਪਿੰਡ ਹੈ ਰੇਸ਼ਮ ਦਾ ਪਿੰਡ ਹੈ ਸਾਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਝੋਲੀ ਭਰ ਦੂ ਮਰਾਦਾਂ ਨਾਲ ਤੇਰੀ ਤੇ ਇੱਕ ਵਾਰੀ ਵੇਖ ਮੰਗ ਕੇ ਸਾਈਂ ਜੀ ਮਾਨ ਕਰਦੇ ਜਿਵੇਂ ਜਲਾਲ ਪਾਲੇ ਤੇ ਜਿਵੇਂ ਕਹਿੰਦੇ ਬੱਗੇ ਪਿੰਡ ਦੇ ਮੰਗੀ ਦੇ ਉੱਪਰ ਔਰ ਮੈਂ ਦੇਖਦਾ ਵੀ ਜੇ ਸਾਈਆਂ ਦਾ ਜਿਹੜਾ ਮੁਰਸ਼ਦ ਖਾਨਾ ਹੈ ਉਹ ਨਕੋਦਰ ਦੀ ਧਰਤੀ ਹੈ ਇਧਰਲੇ ਬੰਨੇ ਫੱਕਰ ਬਾਬਾ ਦਾਮੂਸ਼ਾ ਦਾ ਏਰੀਆ ਹੈ ਔਰ ਦੇਖਦੇ ਵੀ ਧੰਤਨ ਬਾਬਾ ਕਹਿੰਦੇ ਵੀ ਖੇਡ ਮੈਦਾਨ ਵਿੱਚ ਸਾਹਿਬ ਸਿੰਘ ਦੀ ਕਹਿੰਦੇ ਸ਼ਹੀਦ ਨੇ ਜਿਹਨਾਂ ਦੀ ਯਾਦਗਾਰ ਦੇ ਵਿੱਚ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਹੈ ਚੱਲ ਵੀ ਨਾਇਓ ਨਾ ਮੇਜਰ ਪਲੂਰ ਦੀ ਜਿਹੜੀ ਮਿਹਰ ਹੈ ਇਸ ਨਾਲ ਦੇ ਵੀ ਉੱਪਰ ਹੋਈ ਹੈ ਕਰਮਪਾਲ ਲੰਡੇ ਕੇ ਸਿੱਧੂ ਸਾਹਿਬ ਦੀਆਂ ਗੱਲਾਂ ਜਿਹੜੇ ਵੱਡੀਆਂ ਕਰ ਗਿਆ ਸਿੱਧੂਆਂ ਦਾ ਮੁੰਡਾ ਗੱਲਾਂ ਕਰਦਾ ਹੈ ਵੱਡੀਆਂ
ਦਿੰਦਾ ਏ ਬੁਲਟ ਨਾਲੇ ਦੇਵੇ ਗੱਡੀਆਂ ਉਧਰਲੇ ਬੰਨੇ ਪੰਗਾ ਕਿਸ ਨਾਲ ਹੈ ਕਹਿੰਦੇ ਵੀ ਬਾਜ ਵਾਲੀ ਝੱਟ ਮਾਰੀ ਆ ਨੌਜਵਾਨ ਨੇ ਖੇਡ ਮੈਦਾਨ ਵਿੱਚ ਦਿਖਦੇ ਆ ਫੜ ਬਗਲਾ ਗਰਾਊਂਡੋਂ ਬਾਹਰ ਕਰ ਜਾਂਦਾ ਏ ਖੇਡ ਮੈਦਾਨ ਵਿੱਚ ਦੇਦੇ ਚੀਤੇ ਵਾਂਗੂ ਧਾਵੀ ਉੱਤੇ ਚੜ ਜਾਂਦਾ ਏ ਔਰ ਸਾਹਮਣੇ ਦੇਖਦੇ ਵੀ ਚੀਤੇ ਵਾਂਗੂ ਧਾਵੀ ਉੱਤੇ ਚੜਿਆ ਬਲਕਰਨ ਸ਼ੂਸ਼ਕ ਦਾ ਜੱਫਾ ਲੱਗਾ ਹੋਇਆ ਆ ਵੀ ਘੋਨੀ ਨੌਜਵਾਨਾਂ ਪੱਗ ਵੱਡੀ ਅੱਜ ਜੋਗੇ ਵਾਲੀ ਏ ਗਗਨ ਵਾਂਗੂ ਕੱਲਾ ਕਬੱਡੀਆਂ ਪਾ ਰਿਹਾ ਹੈ ਚੱਲ ਵੀ ਨੌਜਵਾਨਾਂ ਖੇਡ ਮੈਦਾਨ ਵਿੱਚ ਦੇਖਦੇ ਆ ਜਾਣ ਵਰਤਦਾ ਯਾਰੋ ਖੇਡ ਮੈਦਾਨ ਵਿੱਚ ਜਿੰਨੀ ਚਾਹੀਦੀ ਓਨੀ ਔਰ ਮਾਲੇ ਦੇ ਕਬੱਡੀ ਕੱਪ ਦਾ ਹਰਮਨ ਪਿਆਰਾ ਰੇਡਰ ਬਣਿਆ ਸ਼ੂਸ਼ਕ ਦਾ ਘੋਨੀ ਆ ਘੋਨੀ ਆ ਗਬਰੂ ਕਬੱਡੀ ਪਾਉਂਦਾ ਹੋਇਆ ਇੱਕ ਰਾਣੀਵਾਲ ਪਿੰਡ ਦੀ ਧਰਤੀ ਜ਼ਿਲ੍ਹਾ ਮੁਕਤਸਰ ਦੀ ਧਰਤੀ ਦਾ ਮਾਨ ਹੈ ਜਨੇਤਪੁਰੀ ਆ ਹੋ ਨੇੜੇ ਨੌਜਵਾਨਾਂ ਲੱਗ ਲੱਗ ਇਸ ਨੌਜਵਾਨ ਗਬਰੂ ਦੇ ਇੱਕ ਬੰਨੇ ਤਕਨੀਕ ਹੈ ਇੱਕ ਬੰਨੇ ਜ਼ੋਰ ਹੈ ਹੁਣ ਦੇਖਾਂਗੇ ਵੀ ਜ਼ੋਰ ਕਹਾਣੀ ਰਾਜਦਾ ਜਾਂ ਤਕਨੀਕ ਕੰਮ ਦਿੰਦੀ ਹੈ ਇੱਥੇ ਪਤਾ ਲੱਗਣਾ ਆਹ ਦੇਖਦੇ ਵੀ ਅੰਨਾ ਜ਼ੋਰ ਕਹਾਣੀ ਆਪਣੀ ਆਪ ਰਜ ਗਿਆ ਹੈ ਤੇ ਪੌੜੀ ਸਿੱਖ ਸਰਦਾਰ ਸਿੱਖੀ ਵੀ ਬਰਕਰਾਰ ਹੈ ਗਬਰੂ ਦੇ ਮਾਂ ਖੇਡ ਵੀ ਬਰਕਰਾਰ ਹੈ ਖੇਡ ਮੈਦਾਨਾਂ ਵਿੱਚ ਬਹੁਤ ਬੋਲਦਾ ਹੈ ਧਾਵਾ ਕਿ ਹੈ ਸੱਕਰਾਂ ਦੀ ਕਿਰਪਾ ਨੀ ਪਿੰਡ ਭਾਗੋ ਵਾਲੇ ਤੇ ਪੁੱਤ ਦੁਕਾਨਾਂ ਲੈ ਜਾਂਦਾ ਹੈ ਚਿੱਤ ਕੇ ਪਾਲੇ ਤੇ ਕਬੱਡੀਆਂ ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਬਣੀਆਂ ਬਣੀਆਂ ਤਾਕਤਾਂ ਪਰਖੀਆਂ ਜਾਣੀਆਂ ਨੇ ਅਗਲੀ ਕਬੱਡੀ ਫਿਰ ਬਲਤੇਜ ਸਿੰਘ ਨੌਵੇਂ ਗੱਭਰੂ ਦਾ ਸਿੱਖ ਸਰਦਾਰ ਕਿ ਨਾ ਕੋਈ ਉਹਦੇ ਵਰਗਾ ਹੋਇਆ ਨਾ ਕੋਈ ਉਹਦੇ ਵਰਗਾ ਹੋਣਾ ਜੁਗਾਂ ਜੁਗਾਂ ਤੱਕ ਗੱਲਾਂ ਚੱਲਦੀਆਂ ਰਹਿਣਗੀਆਂ ਇਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾ ਕੱਲ ਕੀ ਤਾਰ ਦਸ਼ਮੇਸ਼ ਦੀਆਂ ਸਿੱਖੀ ਵੀ ਬਰਕਰਾਰ ਹੈ ਗੱਭਰੂ ਦੀ ਖੇਡ ਮੈਦਾਨਾਂ ਵਿੱਚ ਵੱਧ ਬੋਲਦਾ ਹੈ ਧਾਵਾ ਬਹੁਤ ਹੀ ਤਗੜਾ ਨੌਜਵਾਨ ਗੱਭਰੂ ਹੈ ਖੇਡ ਮੈਦਾਨ ਵਿੱਚ ਬਹੁਤ ਹੀ ਤਗੜਾ ਚੱਲ ਵੀ ਨੌਜਵਾਨਾਂ ਪਾ ਕਬੱਡੀ ਚੀਤੇ ਵਾਲੀ ਵਾਂਗੂ ਮਾਰਦਾ ਏ ਖਿੱਚ ਕਦੇ ਬੜੇ ਖੁੱਚੀ ਕਦੇ ਗਿੱਟੇ ਯਾਰੋ ਲਾਉਂਦਾ ਏ ਟਾਪ ਦੇ ਵੀ ਧਾਵੀਆਂ ਨੂੰ ਅਮਰੂ ਬਗੀਚਾ ਯਾਰੋ ਢਾਉਂਦਾ ਏ ਕਿ ਟਾਪ ਦੇ ਵੀ ਧਾਵੀਆਂ ਨੂੰ ਅਮਰੂ ਬਗੀਚਾ ਯਾਰੋ ਢਾਉਂਦਾ ਏ ਲਾਓ ਦੇਖਦੇ ਵੀ ਖੇਡ ਮੈਦਾਨ ਵਿੱਚ ਜਨੇਤਪੁਰੀ ਆ ਇੱਕ ਬੰਨੇ ਮੈਂ ਕਹਾਂਗਾ ਜਿਹੜੀ ਟੀਮ ਹੈ ਇਹ ਹਰਜੀਤ ਫਰੰਟ ਕੋਲ ਪੱਤਿਓ ਹੀਰਾ ਸਿੰਘ ਦੇ ਖਿਡਾਰੀ ਨੇ ਨੌਜਵਾਨ ਹਿੰਦਗੜੀ ਆ ਸੋਹਣ ਸਿੰਘ ਦਾ ਪੁੱਤ ਮਾਤਾ ਮੁਖਤਿਆਰ ਕੌਰ ਦੀ ਕੁੱਖ ਨੂੰ ਸਫਲ ਕਰਨ ਵਾਲਾ ਨੌਜਵਾਨ ਗੱਭਰੂ ਦੇਖਦੇ ਆ ਕਹਿੰਦੇ ਤੇ ਕਹਾਉਂਦੇ ਯਾਰ ਧਾਵੀਆਂ ਨੂੰ ਠੱਲਦਾ ਇੰਜ ਲੱਗਦਾ ਬਗੀਚਾ ਹਿੰਦਗੜੀ ਆ ਜਿਵੇਂ ਬਿਜਲੀ ਤੇ ਚੱਲਦਾ 100 ਰੁਪਏ ਦੀ ਬਰਾੜ ਮਾਲੇ ਵੱਲੋਂ 100 ਰੁਪਏ ਦੇ ਮਾਨ ਆ ਕਿਉਂਕਿ ਕੈਨੇਡਾ ਦੀ ਧਰਤੀ ਤੇ ਇਹਨਾਂ ਦੀ ਬਦਾਲ ਦੇ ਇਸ ਨੌਜਵਾਨ ਨੇ ਕਬੱਡੀ ਧੁੰਮਾ ਪਾਈਆਂ ਹੈ ਅਗਲੀ ਕਬੱਡੀ ਖੇਡ ਮੈਦਾਨਾਂ ਵਿੱਚ ਖੁੱਸੇ ਕੋਟਲੇ ਦੀ ਧਰਤੀ ਦੇ ਅੰਦਰ ਪੈ ਕੇ ਖੇਡ ਮੈਦਾਨਾਂ ਵਿੱਚ ਚਾਰਾ ਗੁਰਾਂ ਦੇ ਵੱਧ ਕੇ ਬੋਲਦਾ ਹੈ ਧਾਵਾ ਕਿਹੜਾ ਗੱਭਰੂ ਸੂਸ਼ਕ ਪਿੰਡ ਦਾ ਵੱਧ ਕੇ ਜੱਫਾ ਲਾਵੇਗਾ ਇਸ ਗੱਭਰੂ ਦੀ ਪੈਂਦੀ ਹੋਈ ਕਬੱਡੀ ਤੇ ਅਰਸ਼ ਜੀ ਬੇਨਤੀ ਆ ਵੀ ਜਦੋਂ ਮਜੀਠੀਆ ਸਾਹਿਬ ਸਾਡੇ ਦਰਮਿਆਨ ਪੁੱਜਣ ਉਦੋਂ ਮੈਕ ਜਿਹੜਾ ਬੰਦ ਕਰ ਲਿਓ ਬਹੁਤ ਮਿਹਰਬਾਨੀ ਆ ਪੁੱਜਣ ਵਾਲੇ ਆ ਸਾਡੇ ਦਰਮਿਆਨ ਆ ਗਈਆਂ ਜੀ ਫੌਜੀ ਸਾਹਿਬ ਟੀਮਾਂ ਵਿੱਚ ਹੈ ਤੁਹਾਡੇ ਵਾਂਗ ਕਾਨੂੰਨ ਦੀਆਂ ਹੁਣ ਪੱਕੀਆਂ ਟੀਮਾਂ ਔਰ 17 ਤੇ 18 ਤੇ 19 ਤਰੀਕ ਜਿਹੜੀ ਸਾਦਾ ਸਿੰਘ ਵੱਲ ਦੇ ਕਬੱਡੀ ਕੱਪ ਦੀ ਹੈ ਔਰ 23 ਤੇ 24 ਧਰਮਕੋਟ ਇੱਕ ਬੰਨੇ ਜਨੇਤਪੁਰੀ ਹੈ ਬੁੱਕਦਾ ਹੈ ਕਿਤੇ ਜਿਵੇਂ ਛੇਰ ਬੁੱਕੇ ਵੇਲੇ ਵਿੱਚ ਜਿੱਤ ਲਈ ਸੀ ਅਲਟੋ ਕਾਰ ਜੀ ਨੇ ਮਨਾਵੇ ਦੇ ਵੇਲੇ ਵਿੱਚ ਔਰ ਮਨਾਵੇ ਦੇ ਵਿੱਚ ਅਲਟੋ ਕਾਰ ਜਿੱਤਣ ਵਾਲਾ ਗੱਭਰੂ ਹੈ ਭਾਵੇਂ ਲੀਲਾ ਮੇਘ ਸਿੰਘ ਵੱਲ ਦੀ ਧਰਤੀ ਭਾਵੇਂ ਕਮਾਲਪੁਰੇ ਦਾ ਕਬੱਡੀ ਕੱਪ ਅਨੇਕਾਂ ਹੀ ਕਬੱਡੀ ਕੱਪਾਂ ਦਾ ਬੈਸਟ ਜਾਫੀ ਡਿਕਲੇਅਰ ਕੀਤਾ ਗਿਆ ਹਿੰਦਗੜੀਆ ਦੇ ਨਾਲ ਜਨੇਤਪੁਰੀ ਅਮਰੂ ਵੀ ਸਾਂਝੇ ਤੌਰ ਤੇ ਜੋੜੀ ਬੜੀ ਮਸ਼ਹੂਰ ਹੈ ਕਿ ਜੋਰ ਗਰੀਬਾਂ ਦਾ ਮਾਰੀ ਝਿੜਕ ਸੋਹਣਿਆ ਮੁੜ ਕੇ ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆ ਘਰਾਂ ਦਾ ਜੁੜ ਕੇ ਤਾਰ ਫਿਰ ਗਈ ਸੀਨੇ ਤੇ ਗੱਲ ਹੱਸਦਿਆਂ ਹੱਸਦਿਆਂ ਕਹੀ ਤੇ ਵਿਆਹ ਕਰਵਾ ਕੇ ਵੀ ਸੋਹਣਿਆ ਮਿਲਦਾ ਗਿਲਦਾ ਰਹੀ ਉਧਰਲੇ ਬੰਨੇ ਦੇਖਦੇ ਆ ਵੀ ਨੌਜਵਾਨ ਗੱਭਰੂ ਬਾਬਾ ਸ਼ੂਸ਼ਕ ਦੀ ਧਰਤੀ ਦਾ ਬਹੁਤ ਹੀ ਤਗੜਾ ਖਿਡਾਰੀ ਹੈ ਔਰ ਅਗਲੇ ਮੈਚ ਦੀਆਂ ਜਿਹੜੀਆਂ ਟੀਮਾਂ ਹੈ ਦਾਲੇਵਾਲ ਤੇ ਪੜਾਣੇ ਪਿੰਡ ਦੇ ਦਰਮਿਆਨ ਬਹੁਤ ਹੀ ਤਗੜਾ ਮੈਚ ਖੇਡਿਆ ਜਾਣਾ ਹੈ ਉਹ ਵੀ ਜਿਹੜੀਆਂ ਟੀਮਾਂ ਕਰ ਤਿਆਰੀ ਪੁੱਜੀਆਂ ਹੋਈਆਂ ਗਰਾਊਂਡ ਦੇ ਵਿੱਚ ਆਜ਼ਾਦ ਕਬੱਡੀ ਕਲੱਬ ਕੱਲ ਤੇ ਮੇਰੀ ਬੇਨਤੀ ਲੰਡੇ ਜੀ ਉਹ ਵੀ ਟੀਮ ਆਪਣੀ ਤਿਆਰੀ ਖਿੱਚ ਲੈਣ ਲਾਓ ਜਿਹੜੀ ਕਬੱਡੀ ਹੈ ਕਿੰਦੇ ਦੀ ਹਿੰਦਗੜ ਦੀ ਧਰਤੀ ਦਾ ਬਗੀਚਾ ਕੋਈ ਗੱਲ ਹੈ ਇਸ ਮੈਚ ਦੀ ਜਿਹੜੀ ਜੇਤੂ ਟੀਮਾਂ ਦੀਪਾ ਜੀ ਆਖਦੇ ਨੇ ਉਹ ਹਿੰਦਗੜ ਜੇਤੂ ਹੈ ਦਾਲੇਵਾਲ ਤੇ ਪੜਾਣਾ ਪਿੰਡ ਜੀ ਸੈਂਟਰ ਲਾਈਨ ਤੇ ਪੁੱਜੋ ਜਲਦੀ ਨਾਲ ਪਹਿਲੀ ਕਬੱਡੀ ਦੇਖਦੇ ਵੀ ਪੜਾਣੇ ਦੀ ਤਰਫੋਂ ਗਗਨਦੀਪ ਸਿੰਘ ਗੋਗੋਵਾਲੀ ਪਿੰਡ ਤੱਕ ਵਿੱਚ ਜੰਗਲਾਂ ਝੱਲਾਂ ਦੇ ਵਿੱਚੋਂ ਸ਼ੇਰ ਨਾ ਰਹਿੰਦੇ ਗੁੱਜੇ ਔਰ ਨਹੀਂ 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 ਹੈਲੋ
ਸਾਡੇ ਦਰਮਿਆਨ ਅੱਜ ਦੇ ਮੁੱਖ ਮਹਿਮਾਨ ਅੱਜ ਦੇ ਚੀਫ ਗੈਸਟ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਵਿਸ਼ੇ ਤੌਰ ਤੇ ਪੁੱਜ ਚੁੱਕੇ ਨੇ ਕੈਬਨਿਟ ਮੰਤਰੀ ਪੰਜਾਬ ਯੂਥ ਕਾਰਜਲ ਦੇ ਪ੍ਰਧਾਨ ਨੇ ਸਵਾਗਤ ਲਈ ਜਿਹੜੀਆਂ ਨਿਗਾਹਾਂ ਉਹ ਰਸਤੇ ਦੇ ਉੱਪਰ ਲੱਗੀਆਂ ਹੋਈਆਂ ਇੰਤਜ਼ਾਰ ਦੀਆਂ ਜਿਹੜੀਆਂ ਘੜੀਆਂ ਉਹ ਖਤਮ ਹੋ ਚੁੱਕੀਆਂ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਅੱਜ ਦੇ ਚੀਫ ਗੈਸਟ ਸਾਡੇ ਦਰਮਿਆਨ ਵਿਸ਼ੇ ਤੌਰ ਤੇ ਪੁੱਜ ਚੁੱਕੇ ਨੇ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਔਰ ਬਹੁਤ ਮਿਹਰਬਾਨੀ ਹੈ ਨਹੀਂ ਜੀ ਹੁਣ ਜਿਹੜੇ ਸਤਿਕਾਰਯੋਗ ਦਿੱਤੇ ਜਾ ਰਹੇ ਨੇ ਮਾਨ ਸਨਮਾਨ ਰਿਕਾਰਡਿੰਗ ਚੱਲਦੀ ਆ ਸਾਰੇ ਮੈਂ ਜੀ ਹੁਣੇ ਆ ਟੰਡਲੇ ਦਾ ਮੈਚ ਹੈ ਇਹਨਾਂ ਕੀਤੇ ਤਾਂ ਕਰਨੇ ਹੈਲੋ ਸਟੇਜ ਜਿਹੜੀ ਥੋੜੀ ਵਿਹਲੀ ਕਰ ਦਿੱਤੀ ਜਾਵੇ ਬਹੁਤ ਮਿਹਰਬਾਨੀ ਹੈ ਆ ਯਾਰ ਐਵੇਂ ਲੈਟ ਦੀ ਵਿੱਚ ਖੜੀ ਕਰ ਗਾਣਾ ਕੰਮ ਨਾ ਕਰਾਂ ਮੁੜਦਾ ਗਾ ਉੱਤੋਂ ਨੀ ਰਹਿੰਦਾ ਛੇਤੀ ਉਹਨਾਂ ਜੱਫਿਆਂ ਤੇ ਰੋਕ ਜਾਂਦਾ ਜਿੱਥੇ ਨਹੀਂ ਰੋਣਾ ਹਲਾਇਆ ਬਹੁਤ ਚਿਰ ਨੀ ਖੇਡ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਅਕਾਲੀ ਦਲ ਦੇ ਵਿੱਚ ਵੱਡਾ ਨਾਂ ਵੱਡਾ ਧੰਨਵਾਦ ਕਰਦੇ ਇੱਥੇ ਪੁੱਜਣ ਤੇ ਲਓ ਦੇਖਦੇ ਹਾਂ ਸਟੇਜ ਹੈ ਜਿਹੜੀ ਬਿਕਰਮ ਸਿੰਘ ਜੀ ਮਜੀਠੀਆ ਸਾਡੇ ਦਰਮਿਆਨ ਵਿਸ਼ੇ ਤੌਰ ਤੇ ਪੁੱਜ ਚੁੱਕੇ ਨੇ ਕੈਬਨਿਟ ਮੰਤਰੀ ਪੰਜਾਬ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਨਾਲ ਜੈਦਾਰ ਸਰਦਾਰ ਤੋਤਾ ਸਿੰਘ ਜੀ ਸਾਬਕਾ ਮੰਤਰੀ ਪੰਜਾਬ ਉਹ ਵੀ ਵਿਸ਼ੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਨੇ ਨਾਲ ਸਾਡੇ ਬਹੁਤ ਸਤਿਕਾਰਯੋਗ ਨੇ ਪੂਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਸਾਡੇ ਬਹੁਤ ਮਿਹਰਬਾਨੀ ਹੈ ਜੀ ਬਹੁਤ ਹੀ ਸੋਹਣਾ ਮੈਚ ਵੀ ਕਬੱਡੀ ਦਾ ਚੱਲਦਾ ਉਧਰਲੇ ਬੰਨੇ ਸਟੇਜ ਦੇ ਮੂਹਰੇ ਜਿਹੜੇ ਵੀਰ ਖੜੇ ਆ ਕਿਰਪਾ ਕਰਕੇ ਉਹ ਥੋੜੇ ਸਾਈਡ ਤੇ ਹੋ ਜਾਣ
बहुत मेहरबानी है जी, कबड्डी का बहुत तगड़ा हो मुकाबला कबड्डी का। नाल ही असी धन्यवाद करते सरदार दीपा सिंह जी, बड़े मान सम्मान भेजे तिने कमेंटर के लिए, आप धन्यवाद करते सरदार दीपा सिंह जी, नाल ही स्वर्गवासी दर्शन सिंह ते स्वर्गवासी सीरा सिंह जी उन्होंने परिवार वालों फास्ट रहन वाली टीम नू 1000 रुपया दिता जाएगा। आप धन्यवाद करते 1000 रुपया फास्ट रही टीम नू सीगा, आप धन्यवाद करते हैं। और जिते कहते भी सरदार विक्रमजीत सिंह जी मजीठिया साहब पुजे ने, क्योंकि दुनिया में पता भी सरकार रहा, पर पंजाब सरकार ने अकाली दल बादल ने जो बड़ा हुलारा दिता वा खेड़ कबड्डी इतिहास के पन्ने पर लिखा जाएगा। पंजाब सरकार ने अकाली दल बादल ने हुलारा दिता इस वा खेड़ कबड्डी सामने देखते भी हूँ नौजवान जफा खा बैठा मनप्रीत नंधा पूर पिंड का देखते भी नंधा होया जोर खेड मैदान के एक पास कालू की पाई हुई कबड्डी के उपर देखा भी कान गबरू बराबर की पार्टी मोड़ता है। और मैं देखना भी चार जेड़े जाफी पढ़ाने पिंड की धरती के खड़े ने मूहरे ला उधरले बने अवतार सिंह जी मिना विशे तरते भी नाल पुजे हुए ने, असि उन्हों का भी बहुत बड़ा धन्यवाद करते हैं। एक बने सामने प्रधान ने जयदार सरदार तोता सिंह जी, साबका मंत्री पंजाब उन्होंने सरदार निर्मल सिंह जी कालो साहब ते नाल साडे अवतार सिंह जी मिन्ना विशे तरते साडे दरम्यान पुजे हुए है, उन्होंने असं बहुत बड़ा धन्यवाद करते हैं। और उधरले बने जी कबड्डी है गोगवाणी के पिंड की पैदी हुई नौजवान गभरू की, और जाड़े पिंड का पिंड है कहते भी नाच आदरले बने नहीं रीसा नौजवाना ताड़ा गभरू पढ़ाने पिंड की धरती से गोरे ने कहते भी बड़ा जफा टाप का लाया खेड मैदान में दिखते हैं। बहुत ही बड़े आदर के सत्कार पंजाब यूथ अकाली दल के प्रधान ने और जयदार सरदार तोता सिंह जी इस एरिए रहनमा ने वो भी विशे तौर पर साढ़े दरम्यान पुज चुके ने, नाल निर्मल सिंह जी कालो साहब ते अवतार सिंह जी मिन्ना होर भी श्रोमणी अकाली दल दिया मानयोग शख्सियता उधरले बन्ने गुट फड़िया पहले वाली होड़ा का स्वाद खेड मैदान में नौजवान गभरू। हाँ हुण बनता नौजवाना क्योंकि पंगा हाण के मुंडे ने यारी हाण के मुंडे ने लाइए तो कुछ ना जोर लगता। हेलो भाई जी किन्नी ड्राइवर आपकी गड्डी कोल पहुंचे उधरले बने साडा बार्डर वाला वीर कृपा करके अपने उत्थे पुजे जावे। ला दूसरे बने रसूलपुर का जिवें कालू कोटी विच छाया है एक बने दाले वालिया ते जागा पढ़ाने का कहिंदे वी अड़ियल जाफी है वेख कलवंत सिंह खुची हथ लगा वाह नौजवाना कहिंदे बगाने पुत छतनी हथ पवा दिंदे आ देखते हैं कौडी पढ़ाने के जाफी धुम्मा पा देंगे आ धुम पाई है चल गई जे नौजवाना जे जाफा लावेगा तो नोट भी भरनगे तकड़ा हो गबरूआ पास कबड्डी क्योंकि उधरले बने नौजवान गबरू मनप्रीत का भी कादिंग गोली का है एक सार जोड़िया पानी है हो खा नेड़े नौजवाना उधरले बने कश्मीर सिंह जी जीवे तो 60 रुपया दवा दूंगा बजिया हुई ताड़िया डाले वाली हो तकड़े से दूसरे बने नौजवान मीक बल्ले बल्ले हुई पई एक सियाटल का एक नौजवान है आर धूड़ा पट्टी जाते हैं जिन्होंने दुध मावा का पीता हट पिछे बा नौजवाना ते वखरी जी गल है दाले वाली एक जड़ा कुंभ का मेला फिर आना अगली गोडी तैयार हो मैं भी तेरे लिए उठ के आया ग्राउंड में और मुकाबला समाप्ति वाला कौन जित गया जी दस्यो केड़ी टीम है सनाईती जेतू टीम है चल कोई गल नहीं कल नूं 14 तरीक है दौले वाली मंसूर वाल की धरती से मिलते हैं 15 तरीक नूं मिलांगे आपां फिर 16 नूं जनेर की धरती से इस मैच की जी जेतू टीम गबर पॉइंट ने 12:30 हैलो दौले वाला नाओ जी भाई जी कैबिनेट मंत्री पंजाब प्रधान यूथ अकाली दल उन्होंने नाल जथेदार तोता सिंह जी MLA हलका धर्मकोट साबका मंत्री पंजाब सरदार निर्मल सिंह जी कालो साबका स्पीकर पंजाब विधानसभा सरदार मनजिंदर सिंह जी सरसा मैंबर
दिल्ली गुरुद्वारा प्रबंधक कमेटी, मैं इन्हां सारिआं नूं इत्थे पहुंचण ते जी आया कहिंदा वां कि सारा प्रोग्राम NRI स्पोर्ट्स क्लब वल्लों कलाया जा रहा वा। NRI साहिबान दी बड़ी देण है इस इलाके नूं, इस पिंड नूं। तो मैं हुण बेनती करांगा बहुत ही सत्कारयोग जथेदार तोता सिंह जी नूं कि ओह आके अपने अनमुंडे विचार जिहड़े ने संगतां दे नाल सांझे करन। बहुत ही सत्कारयोग साहब बिक्रम सिंह जी मीठिया, प्रधान यूथ अकाली दल, कैबिनेट मंत्री पंजाब सरकार, उन्होंने बहुत ही सत्कारयोग मेरे बड़े भाई साहब निर्मल सिंह जी सबका स्पीकर, उन्होंने बहुत ही सत्कारयोग मनजिंदर सिंह जी सरसा। भाई जी सेमीफाइनल दाइया निकल गया, जिन्होंने हमने मनजिंदर सरसा जिन्हें सरस परवीन सर ने दिल्ली वाले का हकार तोड़िया तो उन्होंने बहुत वोटा तो हराया, वो भी अच्छ अपने दरम्यान आ जिन्हें सारे की ढूर आई जो हकार होया। और बहुत सारे मेरे आप दे इस नगर के जिन्हें मेरे भरा नौजवान सारे निपुणता फतेह बुला, वाहगुरु जी का खालसा वाहगुरु जी की फतेह। मैं थोड़े तो खिलाड़ियों के दरम्यान संबंध लाना चाहता क्योंकि मैं थोड़े बच्चे विचरदा रोज। मेरी बेनती है कि कबड्डी साड़ी मां खेड आ, असी प्रधान श्रोमणी अकाली दल सुखबीर सिंह के धन्यवादी हाँ जिन्होंने कबड्डी की का सत्कार बधाया। अज दुनिया पद्धर के उत्ते कबड्डी का ना, जिहड़े देश के गोरे कबड्डी का ना नहीं जानते सन, अफरीका के काले ना नहीं जानते सन, और यूके दिया एयर मेरा कह एयरफोर्स दिया लड़कियां जो देखिया तो गोरिया खेड दया कोई सोच सकता सीगा कि उत्थे इन्हां नूं जी कि सारे जो मेरे वड्डे भाई स्पीक सबका स्पीकर साहब कबीरचा साहब आए हैं, सरसा साहब बहुत बहुत धन्यवाद, वाहिगुरु जी का खालसा वाहिगुरु जी की फतेह। NRI स्पोर्ट्स क्लब के सारे ही अहुदेदार साहबाना कि बहुत ही सत्कारयोग जथेदार तोता सिंह जी को सन्मानित किया जाए। बोले सोनिया सो भरा पासे भी हो जाओ उत्ते जड़े फिर सोनिहाल बोले सोनिहाल हम मैं बेनती करांगा नौजवान दिलों की धड़कन सरदार बोले सोनिहाल मैं हुण बेनती करांगा बहुत ही सत्कारयोग सरदार बिक्रम सिंह जी मजीठिया बहुत ही सत्कारयोग साबका पंजाब विधानसभा के स्पीकर सरदार निर्मल सिंह जी कालो साहब, बहुत ही सत्कारयोग साढ़े श्रोमणी अकाली दल दे वाहेगुरु जी की फतेह। मैं कोटन कोट धन्यवाद करदा अपने NRI भरावां दा जिन्होंने अज यह खेड मेला जिथे खेड मेला कराया उथे दास नूं भी इत्थे कि तुसीं ने जाओ मैं तां
जीठिया साहब प्यार भरे शब्दों के स्वागत किया है। सरदार दलजीत सिंह ढिल्लो साहब जो जिला तरनतारन के इंचार्ज ने वो भी साढ़े विचार विशेष धार से पुजे सन, उन्हों का भी बहुत बड़ा धन्यवाद है। मैच शुरू मैच दो टीम के दरमियान खेडिया जा रहा है। भाई जी सैमीफाइनल नहीं गया है? अच्छा जी रहा मैं क्या कि मैच एक अद्धा हो गया, लिस्ट दे दो जी फिर बहुत मेहरबानी है। क्वार्टर फाइनल मैच है जी, खेड मैदान में तकांगे। और एक बने आजाद कबड्डी क्लब कला की टीम है, तो दूसरे बने मैं देखांगा भी बांदल डोड पिंड है सनाजवन गभरू का खेड मैदान। हाँ जी मैं जो अमरीक जी मैं कृपा करता कहांगा वीर जी अगली बारी। हैलो भाई जी रसूलपुर से इंदगढ़ सैमीफाइनल मैच वास्ते रसूलपुर वर्सिज इंदगढ़ दोवें टीम आ जाए भाई मैच चलते मैच नेरा अगे बहुत हो गया भाई जी चलते मैच आयो। उधरले बने मंगल काली मेरे वीरो याद कबड्डी क्लब कल कला एडवेंचर की टीम दी गल्लां जिवें होंदियां दुनिया भर में कहते भी साडा सुख काली मेरा वीर बारे वाली टोना कहते भी मोड़ा लीला वाला नाल कहते भी सुखा तख्तूपुरिया स्पॉन्सर करते हैं सरदार कमिकर सिंह जी आगड़ पिंड उन्होंने टीम के महान खिडारियों के विचकार। उधरले बने नैनो कार का जेतू है गुरजंट लंडिया वाला जांडा कहते हैं नौजवान ने पुछ मारी धक्के मार दलों बाहर कढ़ दिता है। आसण का टाइम शाम पै चुकी ने। उधरले बने जिन्हें भी मीडिया वाले वीर पुजे हुए हैं सारे का बहुत वाला धन्यवाद किया जाता है। लाओ जी कबड्डी है नौजवान वरिंद्र लंडिया की धरती का कबड्डी पाता हुआ मरीज की कृपा करके जिम्मेवारियां सांभ लो अगले मैचों के लिए। रसूल वादू प्लेयर बैठ जाओ भाई जी पता ही नहीं लगता ग्राउंड च की हो रहा है। वादू प्लेयर भाई जी बैठ जाओ बाहर हाथ बन के बेनती है भी जी वादू झग्गा पाल्टी कृपा करके बह जाओ क्योंकि किसी कोई पता नहीं लगता भी निहला कि मासड़ है पता नहीं किड़ा खेडता किड़ा नहीं खेडता बेनती करते हैं जेडे वादू कृपा करके बैठ जाए। लो गल करिए पैंती हुई कबड्डी से पॉइंटा टीम ग्राउंड के आ जाए रसूलपुर के इंदगढ़ सामने जज रण सिंह वाला पिंड का कबड्डी पाने के लिए बध्या हुआ चार चासी इको जे शरीर इको जी मेहनत पर जिड़िया खुराक वक्ो वक्रिया ने हूँ देखते भी जज रण सिंह वाला पिंड का कबड्डी कबड्डी करता हुआ इस वेले खेड मैदान के एक पासे अमनदीप सिंह अंबू कहते भी हिक के जोर रखन डकन वाला यह जासी है। पर पॉइंट जोड़ा साढ़े बहुत सरदार योग ने सरदार कश्मीर सिंह जी यूके पंजाब के सारे कबड्डी के लिए जिहड़े वीर इत्थे बोल रहे हैं कबड्डी के बुलारे लिए बहुत वड्डा आदर सत्कार 100-100 रुपये का भेज रहे हैं असीं धन्नवाद करते हैं। बलविंदर सिंह जी कनेडा भी विशेष तौर पर पुजे हुए ने और नाल ही जिहड़ियां अगले मैच दीआं टीमां भी ग्राउंड दे विच पुज चुकियां ने और आउंदे साल कदे भी जगराज सिंह उहदे परिवार वल्लों बैट ट्रेनर बैट जाफी नूं फ्रिजां दित्तियां जाणगियां। लो वरिंदर लंडिया की धरती का कबड्डी पाने के लिए बध्या हुआ खेड मैदान के सामने देखते मैं चार जाफियों कौन डकू कौन रखू। लो मंगल कलां की धरती का दो नंबर तो कितों टुट के पिया पूरी आस होगी उम्मीद हो गया जफा लावे। रविंदर सिंह जी कनेडा वालों बहुत सारे कबड्डी के लिए मान पुजे है ताली जी बहुत वे आदर भेजे जा रहे ने। कृपा करके वीर जिहड़े ग्राउंड बैठ जाण जी जिहड़ियां टीमां ते कोई भी खिडारी तुरदा फिरदा ना दिसे क्योंकि मैच बहुत तगड़ा है। उधरले बन्ने क्वार्टर फाइनल मैच की गल करिए सत्ता माणुंगे की धरती का कबड्डी पाता होया आओ सामने दो नंबर तो कहते भी बत्तोवाल ने कप का नैनो कार जेतू जासी है लंडो पिंड का जंटा गुट तो दुनिया रोकने वाले काम किए हुए। लो सामने देखते भी छत्ता माणू के पिंड का बड़े सोहने पॉइंट का वादा करता हुआ अपनी टीम के लिए अगली कबड्डी रण सिंह वार लखविंदर सिंह जी कनेडा के सुखविंदर सिंह जी फौजी बहुत वे आदर सत्कार दे रहे हैं धन्यवाद है। जज रण सिंह वाले की धरती का गभरू है कबड्डी पाता हुआ नौजवान का लश लश करती जवानी उडू उडू करता हुआ शरीर है मंगल काली तैयारी फड़खा नौजवाना तगड़ा हो गभरुआ। उधरले बने कला वाला अंबू नौजवान कहते मूहरे अड़ के हौसला करके भूतरिया साध सिंह तो फड़ के केड़ा खिलाड़ी जुरत रखता है ठिपी लागे डिगण का श्री जूके वाले ने टीवी दिता से इस नौजवान गभरू 16 तरीक नू जनेर की धरती से मिलना है
जिथे एल ई डिया दिखाई जा रही बेस्ट इंटरमैडी याथी सतारा जी तरीक है सिंहपुरे के मनण के कबड्डी कप की है जिस पिंड का लंगर कहते भी बड़ा शलाघा योग है लाइटा तो दुनिया जो है लांडे के पिंड वाला वरिंदर कबड्डी पाता हो लो वरिंदर की पाई हुई कबड्डी तो उचार जासी कलों की धरती से कहो जहां कमाल करते आप देखते भी वरिंदर सिंह नौजवान मुछ फुट गभरू है चढ़ती जवानी है बड़ा भारी शरीर है वेट पूरा यू स्पॉट जरा रेडर के हिस्से जुड़ता हुआ शामा पै चुका पिंड भावे ठंड हो चुकी है पर मुंडे के शरीर के पसीना बहता है पता लगता भी मुंडे की खुराक खाधी है मुंडे की मेहनत लगी है चल भी नौजवाना जे खेडनी हो कबड्डी दुद्ध डहरी नहीं हो पाई दाग ला खिडारी निगर जाइना एक बने कौन है देव सिंह प्रधान का पुत है पूरे होके टकर की कोशिश करता है सावले के रंग पैदे हुए पटाके साहब नौजवाना कि गुस्सा गुस्सा कर बैठी जरा और थोड़ी फाड़ खेड़ की कोशिश की है बहुत बड़ा धनवाद है चल भी नौजवाना धुम्मा पाइया पंजाब के कबड्डी कपा में अर्श भलूर पिंड की धरती का कबड्डी पाता होया लांडे वाला जिम्मे नैनो कार से कब्जा किया अज मैं देखता भी इस कप से कौन कब्जा करता है तो दूसरे बन्ने बिंकी है कि शीशे मूहरे छाती का हरेक तनता कि दारा सिंह घर में हरेक बनता पैंता है ग्राउंडा में कोई भी अपन गुटा बहा लता उपर पानी ना पावे चल नौजवाना जज रण सिंह वाली धरती का कबड्डी पाता होया खेड मैदान के अंदर चार जासी उठ देखते चार जासी कौन वे जफा लाओ तो समय ने दसना के रबा तंदरुस्ती दे सानू करो सारे फरियाद जेडे नशिया च पै गए होए सारे बर्बाद जिन्हें मोड़ा उत्ते खड़े करो दुनिया भी या मोड़ा उत्ते खड़े होते नहीं वीजे लगते तो मोड़ा उत्ते खड़े होते नहीं वीजे लगते नाल ही फ्रिज दी जा रही है साढ़े भीर उमड़ी आने के बूटे वाशिंग मशीन दी जा रही है आप धन्यवाद करते हैं कश्मीर सिंह जी यूके ते नाल साढ़े जसपाल सिंह जी प्रधान साहब मैं बेनती करांगा भी आप मान सम्मान दईए उमड़ी आने के बूटे वाशिंग मशीन के नाल मान सम्मान दे बड़ी है कट बड़ा है और कहते होंगे भी जरा मान सम्मान संगत के विच मिल जाए तो कहते भी रब मिल जाता है तो मैं बेनती करांगा कश्मीर सिंह जी यूके जसपाल सिंह जी प्रधान भी आप मशीन देिए हम उमड़ी आने के बूटे वाशिंग मशीन आप धन्यवाद करते हैं अगले मैच 63 साढ़े सरकारी उन्होंने सरदार नाजर सिंह जी कनेडा कश्मीर सिंह जी यूके याद करते हैं जिथे मेरी आवाज सुनते हैं जल्दी ना स्टेज के पुजन सामने निंदर सिंह निंदू इंदगढ़ की धरती का सिख सरदार सरकार के योग ने बहुत सरकार योग शिशियत सरदार भजन सिंह जी कनेडा जिन्हों का बहुत वाला योगदान है इस कबड्डी के कप में उन्होंने भी बहुत बड़ा धनवाद है हेलो भाई जी अगलिया टीम पढ़ाणा लंडे और मैं बेनती करूंगा सरदार भजन सिंह जी प्रधान साढ़े को जी असि उन्होंने मुबारक थाना जेडे कीपा शिंदर है इस बिल के खिडारी उन्होंने सम्मानित किया जाना है साड़ी टूरनामेंट कमेटी के एन आर आई वीर बलविंदर सिंह कनेडा बहुत सत्कार योग है और कबड्डी का मैच भी बहुत तगड़ा है और डिजिटल स्टूडियो वाले वीर साढ़े को जल्दी ना पहुंचान जी और उधरले बने लाइटा की रोशनी के विचकार चलते हुए कबड्डी के मैच नाल मेरा भी लखा सिंहपुरे मुंडन वाला विशेष तौर पर पुजा होया जिंदगी का पर मित्र कलवंत खोसा पाड़ो लाओ देखते भी कबड्डी जी बहुत तगड़ी खेली जा रही है चल भी नौजवाना बद के पा कबड्डी जिंदगानी सिर सजी तलवार का अमरीक खोसा मुल